ਇਨਸਾਨ ਦੁਨੀਆ 'ਤੇ ਆਇਆ ਕੁਛ ਨਾ ਕੁਛ ਕਰਨ ਹੀ ਆਇਆ, ਵਿਹਲਾ ਨਹੀਂ ਰਹਿਣ ਆਇਆ। ਇਹ ਜਨਾਬ ਚਕੰਦਰਾਂ ਦਾ ਬੀਜ ਹੈ, ਡੱਬਾ ਪੁੱਠਾ ਖੋਲਿਆ, ਇਸ ਵਾਸਤੇ ਮੈਨੂੰ ਪੁੱਠਾ ਦਿਖਾਉਣਾ ਪੈ ਰਿਹਾ, ਚਲੋ ਦੂਸਰਾ ਦੇਖਦਾ। ਹੈ ਜੀ ਸ਼ਾਹੀ ਕਿਲ੍ਹੇ ਦੀ ਸੈਰ ਨੂੰ ਗਏ ਨਾ ਜੀ ਸਿਆਹ, ਅਤੇ ਉਹਨਾਂ ਨੇ ਪੁੱਛਿਆ ਵੀ, ਉਹ ਸਿਆਹ ਕਹਿਣ ਲੱਗਾ ਜਿਹੜਾ ਗਾਈਡ ਸੀ, ਆ ਹੈਗੀ ਮਲਕਾ ਦੀ ਰਿਹਾਇਸ਼ਗਾਹ। ਉਹਨਾਂ ਨੇ ਪੁੱਛਿਆ ਇੱਕ ਬੰਦੇ ਨੇ, ਯਾਰ ਪਿਛਲੇ ਸਾਲ ਅਸੀਂ ਆਏ ਸੀ ਅਤੇ ਜਿਹੜਾ ਉਦੋਂ ਸਿਆਹ ਗਾਈਡ ਸੀਗਾ ਉਹ ਕਹਿੰਦਾ ਆ ਨਿੰਬੂਆਂ ਦੇ ਵਿੱਚੋਂ ਜੀ ਨਿੰਬੂ ਟੁੱਟ ਗਏ ਹੁਣ, ਇਸ ਵਾਸਤੇ ਇਸ ਤਰ੍ਹਾਂ ਵਰਨਾ ਬੜਾ ਫਲ ਸੀ। ਉਹਨੇ ਕਿਹਾ ਹਾਂ ਯਾਰ ਉਹ ਨਾ ਪਿਛਲੇ ਸਾਲ ਉਹ ਸੀਗੀ ਮਲਕਾ ਨੂਰ ਜਹਾਂ ਦੀ ਰਿਹਾਇਸ਼ਗਾਹ, ਇਸ ਦਫ਼ਾ ਉੱਥੇ ਰੰਗ ਸਫੈਦੀ ਹੋ ਰਿਹਾ, ਰੈਨੋਵੇਸ਼ਨ ਦੀ ਵਜ੍ਹਾ ਤੋਂ ਅਸੀਂ ਮੁੰਤਕਲ ਕਰ ਦਿੱਤੀ ਹੈ। ਗੱਲ ਤਾਂ ਸੋਚਣ ਵਾਲੀ ਹੈ ਕਿ ਸੈਂਕੜੇ ਸਾਲ ਪਹਿਲੇ ਚਲੇ ਗਈ, ਬੰਦੇ ਮਰਜ਼ੀ ਕਰਦੇ ਆ। ਇਸੇ ਤਰ੍ਹਾਂ ਇਹ ਬੀਜ ਦੀ ਗੱਲ ਹੈ, ਜੋ ਕਹਿੰਦੇ ਬੀਆਂ ਵਾਲੇ ਜਿਹੜਾ ਉਹਨਾਂ ਦੇ ਕੋਲ ਹੁੰਦਾ ਕਹਿੰਦੇ ਜੀ ਆਹ ਬੜਾ ਵਧੀਆ ਚੱਲ ਰਿਹਾ, ਇਹ ਸਾਡੇ ਇਲਾਕੇ 'ਚ ਬੜਾ ਚੱਲ ਰਿਹਾ। ਅਤੇ ਅਸੀਂ ਗੱਲ ਹੋ ਰਹੀ ਚਕੰਦਰਾਂ ਦੇ ਬੀਜ ਦੀ, ਚਕੰਦਰ ਬੀਜਣ ਵਾਸਤੇ ਪਹਿਲੇ ਜਿਹੜਾ ਨਾ ਜੀ ਪੈਲੀ ਨੂੰ ਬਣਾਉਣਾ, ਸਵਾਰਨਾ, ਉਹਨੂੰ ਪਾਣੀ, ਫਿਰ ਖਾਦ ਇਹ ਨਜ਼ਰ ਆਉਣ ਡਈ ਜਿਹੜੀ ਨਹੀਂ ਰਲੀ, DAP ਦਾ ਦਾਣਾ, ਇਹ DAP ਦੇ ਦਾਣੇ। ਇਹ ਚੋਪੇ ਲੱਗ ਗਏ, ਇਹ ਲੱਗ ਰਹੇ ਚੋਪੇ। ਭਾਈ ਤੁਹਾਡਾ ਨਾਂ ਕੀ ਹੈ? ਮੁਬਸ਼ਰ। ਇਹ ਭਾਈ ਮੁਬਸ਼ਰ ਸਾਹਿਬ ਲਗਾ ਰਹੇ ਜੀ, ਇਹ ਦੇਖੋ ਇਹ ਕਿੰਨੇ ਕਿੰਨੇ ਦਾਣੇ ਲਾਉਣੇ ਜੀ? ਇੱਕ ਇੱਕ ਦੋ ਦੋ ਦਾਣੇ ਲਾਏ। ਕਿੰਨੇ ਕਿੰਨੇ ਜੀ? ਇੱਕ ਇੱਕ ਦੋ ਦੋ, ਇੱਕ ਇੱਕ ਦੋ ਦਾਣੇ ਲਾਉਣੇ ਆ। ਕਿੰਨੇ ਕਿੰਨੇ ਫਾਸਲੇ 'ਤੇ ਲਾਉਣ ਡਏ? ਇਹਦੀ ਫਾਸਲਾ ਹੈ 4 ਉਂਗਲ ਦਾ। ਹਾਂਜੀ, 4 ਉਂਗਲ ਚੱਪਾ, 4 ਉਂਗਲ ਦਾ, 3 ਉਂਗਲ, ਬਸ ਇੰਨਾ ਕੁ ਫਾਸਲੇ 'ਤੇ ਆਟੋਮੈਟਿਕ ਬੰਦੇ ਦਾ ਹੱਥ ਟਿਕ ਜਾਂਦਾ। ਠੀਕ ਹੈ ਭਾਈ, ਲਾਓ ਤੁਸੀਂ। ਇਹ ਸੀਡਲੈਸ ਨਿੰਬੂ ਲੱਗਾ ਜੀ, ਉਹਦੇ ਵਿੱਚ ਲਾਉਣ ਡਏ ਆ, ਖਾਲੀ ਜਿਹੜੀ ਜਗ੍ਹਾ ਆ। ਖਾਦ ਪਾਣੀ ਦੋਨਾਂ ਚੀਜ਼ਾਂ ਨੂੰ ਮਿਲਦਾ ਰਹੇਗਾ। ਨਿੰਬੂ ਨੇ ਤਾਂ ਮੁਕਦਰਾਂ ਨਾਲ ਹੋਣਾ, ਹੋਣਾ ਨਹੀਂ ਹੋਣਾ ਹਜੇ ਤੱਕ। ਇਹ ਸੀਡਲੈਸ ਨਾ ਬਾਜ਼ਾਰ 'ਚ ਆਇਆ ਨਾ ਇਹਦੀ ਕੋਈ ਮਾਰਕੀਟ ਆ, ਪਰ ਲੋਕਾਂ ਨੇ ਲਾ ਲਿਆ ਭੇਡ ਚਾਲ ਅਤੇ ਅਸੀਂ ਵੀ ਲਾ ਲਿਆ। ਇਹ ਚਕੰਦਰ ਆ ਜੀ, ਸੌਖੀ ਖੇਤੀ ਹੈ, ਇਹਨੂੰ ਹੁਣ ਲਾ ਕੇ, ਅਸਲ ਤਰੀਕਾ ਤਾਂ ਇਹ ਹੁੰਦਾ ਆ ਕਿ ਵੱਟਾਂ ਪਾ ਕੇ ਪਾਣੀ ਲਾ ਕੇ ਫਿਰ ਚੋਪੇ ਲਾਏ ਜਾਣ, ਕਿਉਂਕਿ ਹੁਣ ਠੰਡ ਬਹੁਤ ਜ਼ਿਆਦਾ ਆ। ਬੰਦਿਆਂ ਦੀ ਸਿਹਤ ਬਿਹਤਰ ਪਹਿਲੇ ਆ ਜਾਂ ਫਸਲ ਪਹਿਲੇ? ਬੰਦਿਆਂ ਦੀ ਸਿਹਤ ਪਹਿਲੇ ਆ, ਇਸ ਵਾਸਤੇ ਪਹਿਲੇ ਲਾ ਕੇ ਬਾਅਦ ਦੇ ਵਿੱਚ ਪਾਣੀ ਲਾਵਾਂਗੇ। ਉਹਦਾ ਨੁਕਸਾਨ ਇਹ ਹੁੰਦਾ ਕਿ ਕੁਛ ਨਾਗੇ ਹੋ ਜਾਂਦੇ ਆ, ਅਤੇ ਨਾਗੇ ਜਿਹੜੇ ਆ ਜੀ ਉਹ ਬਰਦਾਸ਼ਤ ਹੈ। ਇਹਨੂੰ ਲਾਉਣਾ ਪਾਣੀ ਲਾ ਕੇ ਡਵਾਲਡ ਗੋਲਡ ਦੀ ਕਰ ਦੇਣੀ ਇਹਨੂੰ ਸਪਰੇ। ਜੜੀ ਬੂਟੀਆਂ ਨਹੀਂ ਉੱਗਣਗੀਆਂ, ਚਕੰਦਰ ਉੱਗ ਜਾਣਗੇ। ਜਦੋਂ ਉੱਗਣਗੇ ਫਿਰ ਜ਼ਰੂਰਤ ਦੇ ਮੁਤਾਬਕ ਇਹਨੂੰ ਦੋ ਜਾਂ ਚਾਰ ਪਾਣੀ ਲੱਗਣਗੇ, ਉੱਤੇ ਯੂਰੀਆ ਪੈਣੀ ਹੈ। ਬੜੀ ਸੌਖੀ ਖੇਤੀ ਆ, ਲੱਗ ਜਾਏ ਤਾਂ ਢੀਮਾ ਮੰਗੋ, ਨਾ ਲੱਗੇ ਤਾਂ ਰੂਟਾਵੇਟਰ ਫੇਰ ਦਈਏ ਤਾਂ ਬਹੁਤ ਸੋਹਣੀ ਖਾਦ ਬਣ ਜਾਂਦੀ ਹੈ। ਇਹੀ ਚਕੰਦਰਾਂ ਦੀ ਖੇਤੀ ਆ ਜੀ, ਲੱਗ ਗਿਆ ਤੀਰ ਨਹੀਂ ਤਾਂ ਤੁੱਕਾ। ਇਸ ਖੇਤ 'ਚ ਪਹਿਲਾਂ ਸੀ ਸ਼ੱਕਰਕੰਦੀ, ਹਰ ਚੀਜ਼ ਆਪਣੀ ਬਾਕੀਆਤ ਛੱਡ ਜਾਂਦੀ, ਸ਼ੱਕਰਕੰਦੀ ਵੀ ਆ ਆਪਣੀ ਬਾਕੀਆਤ ਛੱਡੀ ਆ। ਉਹਨੇ ਹਜੇ ਗੰਢੀਆਂ ਨਿਕਲਦੀਆਂ, ਜਿੱਥੇ ਤਾਂ ਬਣ ਗਈਆਂ ਵੱਟਾਂ ਉੱਥੇ ਤਾਂ ਖਾਦ ਗਈ ਰਲ, ਦੂਸਰੀ ਖਾਦ ਆ ਦਿਸਦੀ ਹੈ। ਜੀ ਜੀ ਵਾਹਵਾ ਹੀ ਲੱਗੇ ਆ, ਕਿਉਂਕਿ ਭਾਈ ਮੁਬਸ਼ਰ ਇਕੱਲਾ ਲੱਗਾ, ਇਸ ਵਾਸਤੇ ਇਹਦਾ ਬਣਾਇਆ। ਬਾਕੀ ਨਾਲ ਬੱਚੀਆਂ ਸੀਗੀਆਂ ਉਹਨਾਂ ਦੀ ਫਿਰ ਵੀਡੀਓ ਨਹੀਂ ਬਣਾਈ ਜਾ ਸਕਦੀ ਸੀ। ਇਹ ਬੋਰਿਆਂ ਦੇ ਵਿੱਚ ਪਾ ਕੇ ਤੋੜਿਆਂ ਚਲੇ ਜਾਂਦੇ ਆ। ਪਿੰਡੀ ਦੀ ਮਾਰਕੀਟ ਹੈ ਅਤੇ ਪਿਛੌਰ ਦੀ ਮਾਰਕੀਟ ਹੈ, ਜਿਹੜੇ ਨਾ ਪਿਛੌਰ ਵਾਲੇ ਕਾਬਲ ਵਾਲੇ, ਇਹ ਨਿੰਬੂ ਭੇਜ ਦਿਓ ਇਹਨਾਂ ਨੂੰ, ਚਕੰਦਰ ਭੇਜ ਦਿਓ, ਗੁੰਗਲੂ, ਮੂਲੀਆਂ, ਹਰ ਸ਼ਾਇਦ ਦੜਮੜ ਕਰ ਜਾਂਦੇ। ਬਹੁਤ ਬਹੁਤ ਸ਼ੁਕਰੀਆ।